ਰਾਤੀ ਸਾੜੀ ਪਾ ਲੈਣੀ ਆ। ਸੱਲਾ ਭੈਣ ਜੀ ਕੀ ਹਾਲ ਚਾਲ? ਆਹਾ ਗੋਆ ਪਹੁੰਚ ਗਈ। ਹਾਂ ਰੌਣਕ ਲੱਗੀ ਹੋਈ ਹੈ, ਬਹੁਤ ਸਾਰੇ ਲੋਕੀ ਆਏ ਹੋਏ ਨੇ, ਅੱਧੀ ਫਿਲਮ ਇੰਡਸਟਰੀ ਦੇ ਇੱਥੇ ਹੀ ਹੈਗੀ ਹੈ। ਹਾਂ 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 ਉਹ ਪੌਲ ਭੈਣ ਜੀ ਦਾ ਮੁੰਡਾ ਹੈਗਾ ਨਾ ਮਨੀਸ਼, ਉਹ ਵੀ ਆਇਆ ਹੋਇਆ ਹੈ, ਨਾਲੇ ਕਲੰਦਰੀ ਭੈਣ ਜੀ ਨਹੀਂ ਆਇਆ, ਵਿਕਾਸ ਆਇਆ ਉਹਨਾਂ ਦੀ ਜਗ੍ਹਾ। ਹਾਂ 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 ਲੈ ਭੈਣ ਜੀ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ, ਤੁਹਾਨੂੰ ਮਾਲੂਮ ਹੈਗਾ ਇਹ ਵਰਮਾ ਭੈਣ ਜੀ ਵੀ ਇੱਥੇ ਆਏ ਹੋਏ ਨੇ? ਹਾਂ ਮੈਂ ਹੈਰਾਨ ਹੋ ਗਈ ਉਹਨਾਂ ਨੂੰ ਵੇਖ ਕੇ, ਮੈਨੂੰ ਤਾਂ ਲੱਗਾ ਸੀ ਉਹਨਾਂ ਦੀ ਕਿਸੇ ਦੇ ਨਾਲ ਬਣੀ ਨਹੀਂ ਹੋਈ, ਉਹਨਾਂ ਕੋਈ ਮੂੰਹ ਨਹੀਂ ਲਾਂਦਾ, ਨਾ ਨਾ ਭਾਰਤੀ ਦੇ ਮੰਮੀ ਦਾ ਬੈਸਟ ਫਰੈਂਡ ਹੈਗੀ ਹੈ, ਮੈਂ ਤਾਂ ਹੈਰਾਨ ਹੋ ਗਈ। ਹਾਂ ਹਾਂ ਤੇ ਗੱਲ ਸੁਣੋ ਨਾ, ਬੜੀ ਮਜ਼ੇਦਾਰ ਗੱਲ ਹੈਗੀ ਹੈ ਭੈਣ ਜੀ। ਭਾਰਤੀ ਦੇ ਮੰਮੀ ਨਾ ਮੇਰੇ ਕੋਲ ਬੈਠੇ ਨਾ ਸਲਾਹਾਂ ਲੈਂਦੇ ਪਏ ਸੀ ਤੇ ਕਹਿੰਦੇ ਪਏ ਸੀ, ਪੰਮੀ ਤੂੰ ਦੱਸ ਜਰਾ ਚੌਂਕਾ ਪੁਆਇੰਟ ਤੇ ਫੇਰਿਆਂ ਦੇ ਟਾਈਮ ਕੀ ਦੇਣਾ ਤੇ ਸਗਨ ਦੇ ਲਿਫਾਫਿਆਂ 'ਚ ਘਬਾਣਾ। ਅਸੀਂ ਨਾ ਗੱਲਾਂ ਬਾਤਾਂ ਕਰਦੇ ਪਏ ਸੀ ਤੇ ਨਾ ਇਹ ਵਰਮਾ ਭੈਣ ਜੀ ਨਾ ਟੇਢੀ ਮਿੱਢੀ ਅੱਖਾਂ ਕਰਦੇ ਹੋਏ ਨਾ ਸਾਡੇ ਕੋਲ ਆ ਗਏ ਤੇ ਨਾ ਫਿਰ ਨਾ ਭਾਰਤੀ ਦੀ ਮੰਮੀ ਨੂੰ ਨਾ ਟੌਂਟ ਮਾਰ ਕੇ ਕਹਿੰਦੇ ਨਾ, ਹਾਂ ਹੁਣ ਤੇ ਤੇਰੀ ਬੈਸਟ ਫਰੈਂਡ ਆ ਗਈ ਹੈ ਪੰਮੀ, ਹੁਣ ਤਾਂ ਤੂੰ ਸਾਰੀ ਸਲਾਹਾਂ ਉਹਨਾਂ ਦੇ ਕੋਲੋਂ ਹੀ ਲਵੇਂਗੀ, ਮੈਨੂੰ ਥੋੜ੍ਹੀ ਪੁੱਛੇਂਗੀ। ਤੇ ਉਹ ਤੇ ਚੁੱਪ ਹੋ ਗਏ ਤੇ ਇਹ ਨਾ ਕਹਿ ਕੇ ਤੁਰ ਗਈ। ਤੇ ਭੈਣ ਜੀ ਮੈਂ ਨਾ ਅੱਧੇ ਘੰਟੇ ਕੇ ਬਾਅਦ ਨਾ ਮੈਂ ਖਾਣਾ ਖਾਂਦੀ ਪਈ ਸੀ ਤੇ ਨਾ ਇਹ ਨਾ ਫਿਰ ਤੁਰਦੀ ਤੁਰਦੀ ਮੇਰੇ ਕੋਲ ਆਈ, ਮਿਸਿਸ ਵਰਮਾ। ਹਾਂ ਤੇ ਨਾ ਵਰਮਾ ਭੈਣ ਜੀ ਮੇਰੇ ਕੋਲ ਆਈ ਨਾ ਤੇ ਫਿਰ ਨਾ ਮੈਨੂੰ ਨਾ ਬੜਾ ਕਹਿੰਦੇ ਹੈ, ਪੰਮੀ ਜਦ ਤੂੰ ਏ ਤੋਂ ਅਚਾਰ ਸਿੱਖਦੀ ਪਈ ਸੀ ਨਾ ਮੈਂ ਏ ਤੋਂ ਐਟੀਟਿਊਡ ਸਿੱਖਦੀ ਪਈ ਸੀ। ਭੈਣ ਜੀ ਮੈਨੂੰ ਇੰਨਾ ਵੱਟ ਚੜ ਗਿਆ, ਮੈਂ ਕਿਹਾ ਏ ਤੋਂ ਆਈ ਬੜੀ, ਬੀ ਤੋਂ ਬਕਵਾਸ ਬੰਦ ਕਰ, ਸੀ ਤੋਂ ਚੰਡ ਮਾਰਾਂਗੀ ਤੇ ਡੀ ਤੋਂ ਦਫਾ ਹੋ ਜਾ ਤੂੰ, ਖਮ ਖਾ ਮੇਰੇ ਮੂੰਹ ਲੱਗਦੀ ਪਈ ਸੀ। ਲੈ ਹੋਣਾ ਕੀ ਸੀ, ਈ ਤੋਂ ਇੱਧਰ ਉੱਧਰ ਹੋ ਗਈ, ਹੋਰ ਕੀ।